ਸੇਖਪੁਰਾ ਜਾਣਾ ਹੈ, ਸੇਖਪੁਰੇ ਦੀ ਵਾਪਸ ਆਉਣਾ ਹੈ। ਜੇ ਤਾਂ ਅੱਗੇ ਹੋਈ ਫਿਰ ਤਾਂ ਆਪਾਂ ਚਲੋ ਤੁਹਾਨੂੰ ਕਟਵਾ ਦਈਏ ਬਾਈ, ਚਲੋ ਪੱਟ ਤੁਹਾਡਾ ਪਾਸ ਬਣਦਾ ਵੀਰੇ 330 ਮਿਲਦਾ 20 ਮਿਲਦਾ ਵਾਸਤੇ, ਚਾਹੇ 200 ਰੁਪਏ ਦਾ ਲਾਓ ਜੇ ਚਲੋ। ਹੁਣ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਪਹਿਲਾਂ ਡਿਪਾਰਟਾ ਹੋਣਾ ਸੀ, ਤੁਹਾਨੂੰ ਫਿਰ ਸਾਨੂੰ ਨਹੀਂ ਪਰ ਉਹ ਤਾਂ ਜਿਹੜੀ ਚੀਜ਼ ਹੈਗੀ ਪਹਿਲਾਂ ਵਾਰ ਵਾਰੀ ਟੱਪ ਕੇ ਜਾਣਾ, ਫੇਰ ਵੀ ਟੱਪਾਉਂਦੇ ਨਾ ਮੰਗਲ ਹੈ ਨਹੀਂ ਪੁੱਟਦੇ ਕਾਹਦੇ ਪੈਸੇ ਕਿਤੇ ਤਾਂ। ਹੁਣ ਦਿਨ ਤੇ ਸਾਨੂੰ 11 ਰੁਪਏ ਪੈਂਦੇ ਆ, ਕਿਤੇ ਹੁਣ ਫਸਟ ਟੈਗ ਤੇ ਉੱਤੇ ਬੈਲੈਂਸ ਹੈ ਨਹੀਂ ਜੇ ਸਿੰਗਲ ਸਾਈਡ 100 ਲੱਗ। ਹਾਂ ਉਹ ਤਾਂ ਗੱਲ ਤੁਹਾਡੀ ਨਾਲ ਸਹਿਮਤ ਹਾਂ, 330 ਰੁਪਏ ਦਾ ਪਾਸ ਬਣਦਾ ਆਪਣਾ 20 ਕਿਲੋ ਦੇ ਅੰਦਰ, ਠੀਕ ਹੈ। ਤਲਵੰਡੀ ਸਾਬੋ ਤੋਂ ਆਇਆ, ਸੇਖਪੁਰ ਹੀ ਜਾਣਾ, ਸੇਖਪੁਰ ਦੀ ਵਾਪਸ ਆਉਣਾ ਜੀ। ਤੇ ਇਹ ਲੋਕਲ ਨੂੰ ਮਾਫ ਹੈ? ਹਾਂ ਅਸੀਂ ਪਹਿਲਾਂ ਇਸ ਤੋਂ ਪਹਿਲਾਂ 10 ਵਾਰੀ ਟੱਪ ਗਏ ਜੀ, ਸਾਡੇ ਤੋਂ ਕਦੇ ਮੰਨ ਕੇ ਚੱਲੋ ਫੀਸ ਨਹੀਂ ਲਈਗੀ ਸੇਖਪੁਰੇ ਦੀ। ਉਹ ਕਿੰਨੀਆਂ ਕੁ ਗੱਡੀਆਂ ਲੈਣਾਂ ਲੱਗ ਜਾਂਦੀਆਂ, ਕਿੰਨਾ ਕੁ ਸਮਾਂ ਲੱਗਦਾ? ਉੱਥੇ ਦੇਖੋ ਲਿਖਿਆ ਵੀ ਹੋਇਆ ਨਾ ਸਪੈਸ਼ਲ ਟੋਲ ਫ੍ਰੀ, ਵੀ ਸੇਖਪੁਰੇ ਤੱਕ 500 ਮੀਟਰ ਤੱਕ ਫ੍ਰੀ। ਉਹ ਕਾਹਦੇ ਵਾਸਤੇ ਲਿਖਿਆ? ਤਾਂ ਪੱਕਾ ਲਿਖ ਕੇ ਲਾਉਣ ਉੱਥੇ ਵੀ ਸੇਖਪੁਰੇ ਤੱਕ ਭਾਈ, ਵੀ ਜਿਹੜੇ ਸੇਖਪੁਰੇ ਦੇ ਆ ਲੋਕ ਉਹਨਾਂ ਨੂੰ ਫਰੀ ਹੈ। ਮੰਗ ਕੀ ਕਰਦੇ ਹੋ ਤੁਸੀਂ? ਵੀ ਮੰਗ ਤਾਂ ਅਸੀਂ ਇਹੀ ਕਰਦੇ ਆ, ਦੇਖੋ ਵੀ ਸੇਖਪੁਰੇ ਜਾਣਾ ਜੀ, ਆਉਣ ਜਾਣ ਕਰਨਾ, ਹਨਾ, ਨਾਲੇ ਬਾਕੀ ਲੈਣਾ ਵੀ ਘੱਟ ਚੱਲਦੀ ਹੈ। ਹਾਂ ਕਿਉਂਕਿ ਹੁਣ ਦੇਖੋ ਨਾਲ ਪਿੱਛੇ ਹੋਰ ਵੀ ਵਹੀਕਲ ਖੜੇ, ਗੱਲ ਦੇਖੋ ਜੀ 50 ਰੁਪਏ ਦੀ ਕੁਛ ਨਹੀਂ, 100 ਵੀ ਦੇ ਦਾਂ ਕੋਈ ਦਿੱਕਤ ਨਹੀਂ, ਪਰ ਉੱਥੇ ਜਿਹੜਾ ਐਡਾ ਵੱਡਾ ਬੋਰਡ ਲਾਇਆ ਪਿਆ ਉਹਦਾ ਕੀ ਮਤਲਬ ਹੈ ਭਾਈ, ਵੀ 500 ਮੀਟਰ ਫਰੀ ਕਾਹਦਾ ਫਿਰ ਜੀ? ਵੀਰੇ ਫਰੀ ਕਿਤੇ ਨਹੀਂ ਬਰੋ, ਬੈਠ ਗੱਡੀ ਆ ਜਾ, ਚੰਗੀ ਗੱਲ ਹੈ। ਕਾਨੂੰਨ ਮੁਤਾਬਕ ਹੀ ਹੈ ਜੀ, ਮੰਨ ਕੇ ਚਲੋ ਫਸਟ ਟੈਗ ਚ 50 ਰੁਪਏ ਗੱਡੀ ਦਾ 50 ਰੁਪਏ ਕੱਢਦੇ। ਨਹੀਂ ਇਹ ਕਹਿੰਦੇ ਵੀ ਮਤਲਬ ਆਸੇ ਪਾਸੇ ਪਿੰਡਾਂ ਨੂੰ ਫ੍ਰੀ ਹੈ। ਹਾਂ ਲੋਕਲ ਪਿੰਡ ਆ ਜਿਹੜੇ ਉਹਨਾਂ ਨੂੰ ਫ੍ਰੀ ਹੈ, ਪਰ ਇਹਨਾਂ ਦਾ ਸੇਖਪੁਰਾ ਹੀ ਪੈਂਦਾ ਸੀ? ਨਹੀਂ ਸੇਖਪੁਰਾ ਨਹੀਂ ਜੀ, ਇਹਨਾਂ ਦਾ ਤਲਵੰਡੀ ਸਾਬੋ ਸੀਗੇ। ਸੇਖਪੁਰਾ ਜਾਣਾ ਹੈ, ਸੇਖਪੁਰੇ ਦੀ ਵਾਪਸ ਆਉਣਾ ਹੈਗਾ। ਜੇ ਤਾਂ ਅੱਗੇ ਹੋਈ ਫਿਰ ਤਾਂ ਆਪਾਂ ਚਲੋ ਤੁਹਾਨੂੰ ਕਟਵਾ ਦਈਏ ਬਾਈ, ਚਲੋ ਪੱਟ ਤੁਹਾਡਾ ਪਾਸ ਬਣਦਾ ਵੀਰੇ 330 ਮਿਲਦਾ 20 ਮਿਲਦਾ ਵਾਸਤੇ, ਚਾਹੇ 200 ਰੁਪਏ ਦਾ ਲਾਓ ਜੇ ਚਲੋ। ਹੁਣ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਪਹਿਲਾਂ ਡਿਪਾਰਟਾ ਹੋਣਾ ਸੀ, ਤੁਹਾਨੂੰ ਫਿਰ ਸਾਨੂੰ ਨਹੀਂ ਪਰ ਫਿਰ ਸਾਨੂੰ ਨਹੀਂ ਪਰ ਉਹ ਤਾਂ ਜਿਹੜੀ ਚੀਜ਼ ਹੈਗੀ ਪਹਿਲਾਂ ਵਾਰ ਵਾਰੀ ਟੱਪ ਕੇ ਜਾਣਾ, ਫੇਰ ਵੀ ਟੱਪਾਉਂਦੇ ਨਾ ਮੰਗਲ ਹੈ ਨਹੀਂ ਪੁੱਟਦੇ ਨਹੀਂ ਕਾਹਦੇ ਪੈਸੇ ਟੱਪਾਉਂਦੇ ਕਿਤੇ ਤਾਂ। ਹੁਣ ਦਿਨ ਤੇ ਸਾਨੂੰ 11 ਰੁਪਏ ਪੈਂਦੇ ਆ, ਕਿਤੇ ਹੁਣ ਫਸਟ ਟੈਗ ਜੋ ਤੇ ਬੈਲੈਂਸ ਹੈ ਨਹੀਂ ਜੇ ਸਿੰਗਲ ਸਾਈਡ 100 ਲੱਗ। ਹਾਂ ਉਹ ਤਾਂ ਗੱਲ ਤੁਹਾਡੀ ਨਾਲ ਸਹਿਮਤ ਹਾਂ, 330 ਰੁਪਏ ਦਾ ਪਾਸ ਬਣਦਾ ਜੀ ਆਪਣਾ 20 ਕਿਲੋ ਦੇ ਅੰਦਰ, ਠੀਕ ਹੈ। ਤਲਵੰਡੀ ਸਾਬੋ ਤੋਂ ਆਇਆ, ਸੇਖਪੁਰ ਹੀ ਜਾਣਾ, ਸੇਖਪੁਰ ਦੀ ਵਾਪਸ ਆਉਣਾ ਜੀ। ਤੇ ਇਹ ਲੋਕਲ ਨੂੰ ਮਾਫ ਹੈ? ਹਾਂ ਅਸੀਂ ਪਹਿਲਾਂ ਇਸ ਤੋਂ ਪਹਿਲਾਂ 10 ਵਾਰੀ ਟੱਪ ਗਏ ਜੀ, ਸਾਡੇ ਤੋਂ ਕਦੇ ਮੰਨ ਕੇ ਚੱਲੋ ਫੀਸ ਨਹੀਂ ਲਈਗੀ ਸੇਖਪੁਰੇ ਦੀ। ਉਹ ਕਿੰਨੀਆਂ ਕੁ ਗੱਡੀਆਂ ਲੈਣਾਂ ਲੱਗ ਜਾਂਦੀਆਂ, ਕਿੰਨਾ ਕੁ ਸਮਾਂ ਲੱਗਦਾ? ਉੱਥੇ ਦੇਖੋ ਲਿਖਿਆ ਵੀ ਹੋਇਆ ਨਾ ਸਪੈਸ਼ਲ ਟੋਲ ਫ੍ਰੀ, ਵੀ ਸੇਖਪੁਰੇ ਤੱਕ 500 ਮੀਟਰ ਤੱਕ ਫ੍ਰੀ। ਉਹ ਕਾਹਦੇ ਵਾਸਤੇ ਲਿਖਿਆ? ਤਾਂ ਪੱਕਾ ਲਿਖ ਕੇ ਲਾਉਣ ਉੱਥੇ ਵੀ ਸੇਖਪੁਰੇ ਤੱਕ ਭਾਈ, ਵੀ ਜਿਹੜੇ ਸੇਖਪੁਰੇ ਦੇ ਆ ਲੋਕ ਉਹਨਾਂ ਨੂੰ ਫਰੀ ਹੈ। ਮੰਗ ਕੀ ਕਰਦੇ ਹੋ ਤੁਸੀਂ? ਵੀ ਮੰਗ ਤਾਂ ਅਸੀਂ ਇਹੀ ਕਰਦੇ ਆ, ਦੇਖੋ ਵੀ ਸੇਖਪੁਰੇ ਜਾਣਾ ਜੀ, ਆਉਣ ਜਾਣ ਕਰਨਾ, ਹਨਾ, ਨਾਲੇ ਬਾਕੀ ਲੈਣਾ ਵੀ ਘੱਟ ਚੱਲਦੀ ਹੈ। ਹਾਂ ਕਿਉਂਕਿ ਹੁਣ ਦੇਖੋ ਨਾਲ ਪਿੱਛੇ ਹੋਰ ਵੀ ਵਹੀਕਲ ਖੜੇ, ਗੱਲ ਦੇਖੋ ਜੀ 50 ਰੁਪਏ ਦੀ ਕੁਛ ਨਹੀਂ, 100 ਵੀ ਦੇ ਦਾਂ ਕੋਈ ਦਿੱਕਤ ਨਹੀਂ, ਪਰ ਉੱਥੇ ਜਿਹੜਾ ਐਡਾ ਵੱਡਾ ਬੋਰਡ ਲਾਇਆ ਪਿਆ ਉਹਦਾ ਕੀ ਮਤਲਬ ਹੈ ਭਾਈ, ਵੀ 500 ਮੀਟਰ ਫ੍ਰੀ ਕਾਹਦਾ ਫਿਰ ਜੀ? ਪਰ ਉਹ ਬੈਠ ਗੱਡੀ ਆ ਜਾ, ਚੰਗੀ ਗੱਲ ਹੈ। ਕਾਨੂੰਨ ਮੁਤਾਬਕ ਹੀ ਹੈ ਜੀ, ਜਿਵੇਂ ਮੰਨ ਕੇ ਚਲੋ ਫਸਟ ਟੈਗ ਚ 50 ਰੁਪਏ ਗੱਡੀ ਦਾ 50 ਰੁਪਏ ਕੱਢਦੇ। ਨਹੀਂ ਇਹ ਕਹਿੰਦੇ ਵੀ ਮਤਲਬ ਆਸੇ ਪਾਸੇ ਪਿੰਡਾਂ ਨੂੰ ਫ੍ਰੀ ਹੈ। ਹਾਂ ਲੋਕਲ ਪਿੰਡ ਆ ਜਿਹੜੇ ਉਹਨਾਂ ਨੂੰ ਫ੍ਰੀ ਹੈ, ਪਰ ਇਹਨਾਂ ਦਾ ਸੇਖਪੁਰਾ ਹੀ ਪੈਂਦਾ ਸੀ? ਨਹੀਂ ਸੇਖਪੁਰਾ ਨਹੀਂ ਜੀ, ਇਹਨਾਂ ਦਾ ਤਲਵੰਡੀ ਸਾਬੋ ਸੀਗੇ।